समूची श्रोमणी अकाली दल तबके के कोने कोने द्वारे फते सजनो फते अस्कंदा वाहेगुरु जी का खालसा वाहेगुरु जी की फतेह। इलेक्शन हर पांच साल बाद आते हैं, फैसला उसी का है कि केड़ा उम्मीदवार थोड़े अपना थोड़े नाम लेंदा है, थोड़े काम कराओ, अपने हल्के का प्रतीक रहो, ता केड़ी पार्टी ने कितना कुछ आपको मिलता है। जे तुसी आजादी के बाद पिछले 70 साल हुए देश को आजाद होने को जे हिसाब करोगे 45 साल कला कांग्रेस का राज है, तकरीबन 25 साल श्रोमणी अकाली दल का। जो कुछ भी गरीब को किसान को मजदूर को व्यापारी को कोई भी सुविधा देती है सारे सूरत अकाली दल भारत साहब ने दी है, एक भी निशानी कांग्रेस की नहीं। असी अकाली दल का सूर है, असी जो तुसी याद करो 10 साल पहले रात को बिजली दे 10-10 घंटे 6-6 घंटे 4-4 घंटे बिजली दे कट लगदे सी, हुण कोई कट नहीं दे। असी तुहानू वादा कीता बिजली दा काम कर लवांगे ते तकरीबन 40,000 करोड़ रुपए ला के असी बिजली दा काम कर दिंदे। असी कहा सी कि सारे शहरां विच मंडियां विच ਅਸੀਂ ਸੀਵਰੇਜ ਪੀਣ ਵਾਲੇ ਪਾਣੀ ਦਾ ਕੰਮ ਕਰਾਂਗੇ। ਮੈਂ ਖੁਸ਼ੀ ਨਾਲ ਕਹਿ ਸਕਦਾ 160 ਸ਼ਹਿਰ ਤੇ ਬੰਡੀਆਂ ਪੰਜਾਬ ਚ ਉਹਨਾਂ ਚੋਂ 150 ਦਾ ਵਿੱਚ ਕੰਮ ਮੁਕੰਮਲ ਹੋ ਗਿਆ, ਜਿਹੜਾ 10 ਰਹਿ ਗਏ ਹੈ ਉਹ ਵੀ ਅਜੇ 6 ਮਹੀਨੇ ਦੇ ਉੱਪਰ ਮੁਕੰਮਲ ਹੋ ਜਾਣਗੇ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਿਹੜੀ ਹੈ ਸੜਕਾਂ ਪਹਿਲੇ ਸਿੰਗਲ ਸੜਕਾਂ ਹੁੰਦੀਆਂ ਸੀ, ਐਕਸਟੈਂਡ ਰੋਡ ਹੁੰਦੇ ਸੀ, ਜਾਨਾਂ ਚੱਲਦੀਆਂ ਸੀ। ਅਸੀਂ ਕਿਹਾ ਕਿ ਸ਼ਹਿਰ ਦੂਜੇ ਸ਼ਹਿਰ ਸੜਕਾਂ ਨੂੰ 4 ਮਹੀਨੇ ਬਣਾਵਾਂਗੇ, ਤੁਸੀਂ ਪੰਜਾਬ ਚਲੇ ਜਾਓ 35,000 ਕਰੋੜ ਰੁਪਏ ਨਾਲ ਸੜਕਾਂ ਬਣੀ ਜਾਂਦੀ ਹੈ, ਤੁਹਾਨੂੰ ਵਧੀਆ ਸੜਕਾਂ ਬਣ। ਚੌਥੀ ਗੱਲ, ਤੁਸੀਂ ਪੰਜਾਬ ਕਿਤੇ ਹੋਰ ਕਿਤੇ ਵੀ ਚਲੇ ਜਾਓ ਜੋ ਕੁਛ ਵੱਡਾ ਬਣਿਆ ਉਹਦੇ ਬਣਿਆ ਜੋ ਮਹਾਨ ਸਾਹਿਬ ਮੁੱਖ ਮੰਤਰੀ ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਦੀ ਨਹੀਂ ਦਿੱਤੀ। ਆਈ ਕੈਪਟਨ ਅਮਰਿੰਦਰ ਸਿੰਘ 10 ਸਾਲ ਪਹਿਲੇ ਮੁੱਖ ਮੰਤਰੀ ਪੰਜਾਬ ਦਾ ਸ਼ਡਿਊਲਾਂ ਦੇ ਬਿੱਲ ਮਾਫ ਕੀਤੇ ਸੀ, ਇਹਨੇ ਬਦਲਾ ਦਿੱਤੇ ਸੀ। ਜਿਹੜੀ ਆਪਾਂ ਪੈਨਸ਼ਨ ਦਿੰਦੇ ਸੀ, ਸ਼ਗਨ ਸਕੀਮ ਦਿੰਦੇ ਸੀ, ਉਹ ਇਹਨੇ ਬੰਦ ਕਰ ਦਿੱਤੀ ਸੀ ਆਈ ਕੈਪਟਨ ਅਮਰਿੰਦਰ ਸਿੰਘ ਨੇ। ਅੱਜ ਉਹ ਕੋਈ ਗੱਲ ਕਰਦੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਚਲੇ ਜਾਓ ਉਹ ਸੁਲਤਾਨ ਮਿਲਦੀਆਂ। ਅਸੀਂ ਵਾਅਦਾ ਕੀਤਾ ਸਸਤਾ ਆਟਾ ਲਾ ਦੇ ਤੁਹਾਨੂੰ ਦੇ ਦਿੱਤਾ, ਅਸੀਂ ਡੀਸੀ ਕਰ ਦਿੱਤੇ ਇਸ ਆਟੋ ਰਿਕਸ਼ੇ ਐਸੀ ਬੱਚਿਆਂ ਨੂੰ ਦਿੱਤੀ ਹੈ। ਚਾਰ ਮਿੰਟ ਬਾਅਦ ਦੇ ਭਗਤ ਪੂਰਾ ਭਈਆ